ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ 21 ਦੇਸ਼ਾਂ ਤੋਂ ਜਿਹੜੇ ਵੱਖ ਵੱਖ ਥਾਵਾਂ ਤੋਂ ਗੁਰਸਿੱਖ ਸੰਗਤਾਂ ਪਹੁੰਚੀਆਂ ਅਤੇ ਇਹਨਾਂ ਨੇ ਬਹੁਤ ਹੀ ਚਾਓ ਅਤੇ ਉਤਸ਼ਾਹ ਦੇ ਨਾਲ ਇੱਥੇ ਦਰਸ਼ਨ ਕੀਤੇ ਨੇ। ਤੋ ਇਹਨਾਂ ਦੇ ਸਰੂਪ ਜਿਹੜੇ ਨੇ ਬੜੇ ਸੁੰਦਰ ਲੱਗਦੇ ਨੇ, ਸਾਰਿਆਂ ਨੇ ਦਸਤਾਰਾਂ ਸਜਾਈਆਂ, ਭਾਵੇਂ ਕਿ ਕੋਈ ਪਿਛਲਾ ਪਿਛੋਕੜ ਇਹਨਾਂ ਦਾ ਗੁਰਸਿੱਖੀ ਵਾਲਾ ਨਹੀਂ ਹੈ, ਫਿਰ ਵੀ ਇਹਨਾਂ ਨੇ ਜੇ ਕਹਿ ਲਈਏ ਗੋਰੇ ਸਿੱਖ ਨੇ ਸਾਰੇ। ਤੋ ਇਹ ਪੱਛਮੀ ਦੇਸ਼ਾਂ ਦੇ ਵਿੱਚੋਂ ਆਏ ਹੋਏ, ਦਸਤਾਰਾਂ ਸਜਾਈਆਂ ਹੋਈਆਂ, ਬਹੁਤ ਸੁੰਦਰ ਇਹਨਾਂ ਨੇ ਵਸਤਰ ਪਹਿਨੇ ਹੋਏ ਨੇ ਅਤੇ ਗੁਰਬਾਣੀ ਪ੍ਰਤੀ ਇਹਨਾਂ ਦਾ ਅਦਬ ਅਤੇ ਸਤਿਕਾਰ ਵੇਖਿਆ ਹੀ ਬਣਦਾ। ਸਤਿਗੁਰੂ ਪਾਤਸ਼ਾਹ ਜੀ ਨਮਸਕਾਰ ਕੀਤੀ ਆ ਕਰਕੇ ਇੱਥੇ, ਅਤੇ ਭੋਰਾ ਸਾਹਿਬ ਜਾ ਕਰਕੇ ਮੂਲ ਮੰਤਰ ਦਾ ਅਭਿਆਸ ਕੀਤਾ ਸਾਰੀ ਸੰਗਤ ਨੇ ਰਲ ਕਰਕੇ। ਫਿਰ ਇਹਨਾਂ ਨੇ ਬੇਰੀ ਸਾਹਿਬ ਦੇ ਪਾਸ ਬੈਠ ਕਰਕੇ ਵਾਹਿਗੁਰੂ ਮੰਤਰ ਗੁਰਮੰਤਰ ਦਾ ਉਚਾਰਨ ਕੀਤਾ ਅਤੇ ਫਿਰ ਦਰਸ਼ਨ ਕੀਤੇ ਵੇਈ ਸਾਹਿਬ ਦੇ। ਉਹ ਉੱਥੇ ਜਾ ਕਰਕੇ ਜਪਜੀ ਸਾਹਿਬ ਦੇ ਇਹਨਾਂ ਸਾਰਿਆਂ ਨੇ ਰਲ ਕਰਕੇ ਇਕੱਠ ਰੂਪ ਦੇ ਵਿੱਚ ਜਪਜੀ ਸਾਹਿਬ ਦਾ ਉਚਾਰਨ ਕੀਤਾ। ਬਾਅਦ ਦੇ ਵਿੱਚ ਅਰਦਾਸ ਬੇਨਤੀ ਕਰਕੇ ਗੁਰੂ ਘਰ ਦੇ ਲੰਗਰ ਪ੍ਰਸ਼ਾਦ ਨੂੰ ਛਕਿਆ। ਤੋ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਸਾਰੀਆਂ ਸੰਗਤਾਂ ਦਾ ਜਿਹੜੇ ਆਪਣੇ ਤੌਰ 'ਤੇ ਹੀ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਅਤੇ ਬੜੇ ਹੀ ਸੁੰਦਰ ਸਰੂਪ ਲੱਗਦੇ ਨੇ ਸਾਰੇ ਹੀ। ਬਹੁਤ ਹੀ ਜ਼ਿਆਦਾ ਵੇਖਿਆ ਮਨ ਜਿਹੜਾ ਉਤਸ਼ਾਹ ਆਉਂਦਾ ਹੈ ਕਿ ਹੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦੀ ਜਿਹੜੀ ਗੁਰਸਿੱਖੀ ਹੈ ਉਹ ਕਿਸੇ ਹੱਦ ਬੰਦੀ ਦੇ ਵਿੱਚ ਬੰਨ੍ਹੀ ਹੋਈ ਨਹੀਂ, ਉਹ ਸਾਰੇ ਦੇਸ਼ਾਂ ਦੇ ਵਿੱਚ ਸਾਰੀ ਕਮਿਊਨਿਟੀਆਂ ਦੇ ਵਿੱਚ ਬੜੇ ਪਿਆਰ ਦੇ ਨਾਲ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ। ਪਾਤਸ਼ਾਹ ਜੀ ਆਪ ਹੀ ਰੱਖਣ ਵਾਲੇ ਨੇ, ਆਪ ਹੀ ਪ੍ਰਸਾਰ ਕਰਦੇ ਨੇ, ਪ੍ਰਚਾਰ ਕਰਵਾ ਰਹੇ ਨੇ ਗੁਰਸਿੱਖਾਂ ਦੇ ਅੰਦਰ ਵਰਤ ਕਰਕੇ। ਸਾਰੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਦੀ ਵੱਲੋਂ ਇਹਨਾਂ ਗੁਰਸੰਗਤਾਂ ਨੂੰ ਜਿਉਂ ਆਇਆ ਹੈ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਇੱਥੇ ਆ ਕਰਕੇ ਇਹਨਾਂ ਨੇ ਦਰਸ਼ਨ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।